550 ਸਾਲ ਪ੍ਰਕਾਸ਼ ਪੁਰਬ ਸ਼ਤਾਬਦੀ ਨੂੰ ਆਪ ਜੀ ਸਮਾਗਮ ਵਿੱਚ ਜੁੜ ਬੈਠੇ ਹੋ। ਸਤਿਕਾਰਯੋਗ ਭਾਈ ਜਸਵਿੰਦਰ ਸਿੰਘ ਜੀ ਸੁਹੇ ਵਾਲੇ ਆਪ ਜੀ ਨੂੰ ਪਾਵਨ ਬਚਨ ਸਰਵਣ ਕਰਵਾ ਕੇ ਲੱਗੇ ਹਨ। ਪਹਿਲੇ ਬਚਨ ਦੇ ਵਿੱਚ ਉਹਨਾਂ ਨੇ ਸਾਨੂੰ ਰੱਬੀ ਬਾਣੀ ਦੇ ਨਾਲ ਜੁੜਦੇ ਹਾਂ ਉਹ ਬੋਲ ਮੈਂ ਮਨੁੱਖ ਕੀ ਕੀਰਤਕ ਬਾਤ ਹੈ ਕੋਟ ਪਰਾ ਦੀ ਦਰਿਆ ਏ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗੁਰਵਾਸਨਾ ਭਰਿਆ ਏ ਸ਼ਬਦ ਸਰਵਣ ਕਰਾਇਆ। ਆਓ ਇਸ ਦੀ ਵਿਚਾਰ ਆਪਾਂ ਰਲ ਮਿਲ ਕੇ ਕਰੀਏ। ਸਭ ਤੋਂ ਪਹਿਲਾਂ ਗੁਰੂ ਕਲਗੀ ਧਰ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਦੇ ਨਾਲ ਸਾਂਝ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੋਰਤ ਰਾਗ ਦੇ ਅੰਦਰ ਇਹ ਪਾਵਨ ਬਚਨ ਰਾਹੀਂ ਸਾਨੂੰ ਦਰਸਾਉਂਦੇ ਹਨ ਵੀ ਜਿਨ੍ਹਾਂ ਨੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਸੁਣਿਆ ਭਾਵ ਉਹਨਾਂ ਦੇ ਪਾਵਨ ਬਚਨਾਂ ਨੂੰ ਸੁਣ ਕਰਕੇ ਮੰਨ ਲਿਆ ਆਪਣੇ ਹਿਰਦੇ ਦੇ ਅੰਦਰ ਧਾਰਨ ਕਰ ਲਿਆ ਉਹਨਾਂ ਬੋਲਾਂ ਦੇ ਉੱਤੇ ਚੱਲ ਪਏ ਉਹਨਾਂ ਦਾ ਫਿਰ ਜੰਮਣ ਮਰਨਾ ਖਤਮ ਹੋ ਗਿਆ ਉਹਨਾਂ ਦਾ ਗਰਵਾਸ ਖਤਮ ਹੋ ਗਿਆ ਤੇ ਸੱਚ ਜਾਣਿਆ ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਜਿਨ੍ਹਾਂ ਨੂੰ ਵੀ ਮਿਲੇ ਭੁੱਲੀ ਭਟਕੀ ਲੁਕਾਈ ਉਸ ਵਕਤ ਦੀ ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਨੇ ਰੱਬੀ ਬੋਲ ਸਮਝਾ ਦਿੱਤੇ ਔਰ ਜਿਨ੍ਹਾਂ ਨੇ ਧਾਰਨ ਕਰ ਲਏ ਉਹ ਸੰਸਾਰ ਦੇ ਵਿੱਚੋਂ ਤਰ ਗਏ ਉਹ ਭਾਵੇਂ ਸ਼ੁਰੂਆਤ ਦੇ ਵਿੱਚ ਦੌਲਤਾਂ ਦਾਈ ਹੋਵੇ ਤੋਸਾ ਦਾਸੀ ਹੋਵੇ ਰਾਏ ਬੁਲਾਰ ਹੋਵੇ ਬੇਬੇ ਨਾਨਕੀ ਹੋਵੇ ਉਦਾਸੀਆਂ ਦੇ ਦੌਰਾਨ ਵੀ ਉਹ ਧਰਮ ਸਥਾਨਾਂ ਦੇ ਲੋਕ ਹੋਵਣ ਉਹ ਜਗਨਨਾਥਪੁਰੀ ਵਿੱਚ ਆਰਤੀਆਂ ਉਤਾਰਨ ਵਾਲੇ ਹੋਵਣ ਉਹ ਭਾਵੇਂ ਹਰਿਦੁਆਰ ਦੇ ਧਰਤੀ ਦੇ ਉੱਤੇ ਗੰਗਾ ਵਿੱਚ ਵੜ ਕੇ ਸੂਰਜ ਨੂੰ ਪਾਣੀ ਦੇਣ ਵਾਲੇ ਹੋਵਣ ਉਹ ਭਾਵੇਂ ਰਾਜੇ ਸ਼ਿਵ ਨਵ ਵਰਗੇ ਹੋਵਣ ਉਹ ਭਾਵੇਂ ਬਾਬਰ ਵਰਗੇ ਜਾਬਰ ਹੋਵਣ ਭਾਵੇਂ ਉਸ ਵਕਤ ਦੇ ਕੌਂਡੇ ਭੀਲ ਵਰਗੇ ਰਾਕਸ਼ਸ ਹੋਵਣ ਜਿਨ੍ਹਾਂ ਜਿਨ੍ਹਾਂ ਨੇ ਵੀ ਗੁਰੂ ਨਾਨਕ ਸਾਹਿਬ ਦੇ ਬੋਲਾਂ ਨੂੰ ਸੁਣਿਆ ਤੇ ਉਹ ਤਰ ਗਏ ਤੇ ਭਾਵੇਂ ਮੱਕੀ ਦੇ ਕਾਜੀ ਹੋਵਣ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਮੱਕੇ ਦੀ ਧਰਤੀ ਦੇ ਉੱਤੇ ਜਾਂਦੇ ਹਨ ਕੇਵਲ ਮੈਂ ਆਪ ਜੀ ਦੇ ਨਾਲ ਇੱਕ ਘਟਨਾ ਸਾਂਝੀ ਕਰਨੀ ਹੈ ਸੀਮਤ ਸਮੇਂ ਦੇ ਦੌਰਾਨ ਤੇ ਉਸ ਮੱਕੇ ਦੀ ਜਿਹੜੀ ਘਟਨਾ ਵਾਪਰਦੀ ਹੈ ਉਸ ਸਾਰੀ ਘਟਨਾ ਕਰਮ ਨੂੰ ਇੱਕ ਮੁਸਲਮਾਨ ਲਿਖਾਰੀ ਤਾਜਦੀਨ ਉਹ ਆਪਣੀ ਡਾਇਰੀ ਦੇ ਵਿੱਚ ਨੋਟ ਕਰਦਾ ਹੈ। ਉਹਦੀ ਲਿਖੀ ਹੋਈ ਡਾਇਰੀ ਹਿੰਦੁਸਤਾਨ ਦੇ ਵਿੱਚ ਕਿਵੇਂ ਆਈ ਕਿਵੇਂ ਲੋਕਾਂ ਦੇ ਸਾਹਮਣੇ ਪ੍ਰਗਟ ਹੋਈ ਇਹਦੀ ਵੀ ਇੱਕ ਵਿਚਿੱਤਰ ਗਾਥਾ ਹੈ। ਮੀਰਪੁਰ ਕਸ਼ਮੀਰ ਦਾ ਰਹਿਣ ਵਾਲਾ ਮੁਸ਼ਤਾਕ ਹੁਸੈਨ ਆਪਣੇ ਪਿਤਾ ਦੇ ਨਾਲ 1930 ਦੇ ਵਿੱਚ ਹੱਜ ਕਰਨ ਵਾਸਤੇ ਕਾਬੇ ਦੀ ਧਰਤੀ ਦੇ ਉੱਤੇ ਜਾਂਦਾ ਹੈ। ਉਸ ਸਥਾਨ ਦੇ ਉੱਤੇ ਉਸ ਨੂੰ ਉਹ ਤਾਜਦੀਨ ਦੀ ਲਿਖੀ ਹੋਈ ਡਾਇਰੀ ਅਰਬੀ ਤੇ ਪਰਸ਼ੀਅਨ ਭਾਸ਼ਾ ਦੇ ਵਿੱਚ ਉਹਨੂੰ ਪ੍ਰਾਪਤ ਹੋਈ ਲਾਇਬ੍ਰੇਰੀ ਦੇ ਵਿੱਚੋਂ। ਉਹਨੇ ਪੜ੍ਹੀ ਤੇ ਜੋ ਘਟਨਾਵਾਂ ਉਹਨੇ ਪੜ੍ਹੀਆਂ ਅੰਦਰ ਤੱਕ ਉਹਦਾ ਦਿਲ ਗਿਆ
ਉਹਨੇ ਹਿੰਦੁਸਤਾਨ ਦੇ ਉੱਤੇ ਆ ਕਰਕੇ ਮੁੜ ਲਾਹੌਰ ਚਲਾ ਗਿਆ। ਲਾਹੌਰ ਡੇਰਾ ਸਾਹਿਬ ਗੁਰਦੁਆਰੇ ਉਹਨੂੰ ਗੁਰੂ ਘਰ ਦੇ ਵਜ਼ੀਰ ਗਿਆਨੀ ਅਛਰ ਸਿੰਘ ਮਿਲੇ। ਉਹਨਾਂ ਦੇ ਕੋਲੋਂ ਉਹਨੇ ਸਿੱਖ ਧਰਮ ਦੇ ਸੰਬੰਧ ਵਿੱਚ ਹੋਰ ਜਾਣਿਆ ਤੇ ਉਹ ਮੁਸ਼ਤਾਕ ਹੁਸੈਨ ਮੁਸਲਮਾਨ ਜਿਹੜਾ 1930 ਦੇ ਵਿੱਚ ਹੱਜ ਕਰਨ ਵਾਸਤੇ ਕਾਬੇ ਜਾਂਦਾ ਹੈ, 1935 ਪੰਜ ਸਾਲਾਂ ਬਾਅਦ ਉਹ ਅੰਮ੍ਰਿਤ ਛਕ ਕੇ ਸੈਯਦ ਪ੍ਰਿਥੀਪਾਲ ਸਿੰਘ ਬਣ ਗਿਆ। ਉਹਨੇ ਤਰਜਮਾਨਾ ਕੀਤਾ ਉਸ ਡਾਇਰੀ ਦਾ, ਜਿਸ ਡਾਇਰੀ ਦਾ ਨਾਮ ਸੀ ਸਿਆਕੋ ਬਾਬਾ ਨਾਨਕ ਫਕੀਰ। ਉਹ ਤਾਜਦੀਨ ਜਿਹੜਾ ਮੁਸਲਮਾਨ ਲਿਖਾਰੀ ਹੈ, ਉਹਨੇ ਆਪਣੀ ਡਾਇਰੀ ਦੇ ਅੰਦਰ ਜੋ ਜੋ ਘਟਨਾਵਾਂ ਕਾਬੇ ਦੀ ਧਰਤੀ ਦੇ ਉੱਤੇ ਹੋਈਆਂ, ਕਿਉਂਕਿ ਉਹ ਮੱਕੇ ਵੀ ਰਿਹਾ ਨਾਲ, ਮਦੀਨੇ ਜਦੋਂ ਗਏ ਤਾਂ ਵੀ ਰਿਹਾ, ਜਦੋਂ ਉਹ ਬਗਦਾਦ ਗਏ ਤਾਂ ਵੀ ਨਾਲ ਰਿਹਾ, ਤੇ ਉਹ ਆਪਣੀ ਡਾਇਰੀ ਦੇ ਵਿੱਚ ਲਿਖਦਾ ਹੈ ਕਿਉਂਕਿ ਤਾਜਦੀਨ ਧੰਨ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਇਹ ਦਲਾਸ ਸ਼ਹਿਰ ਤੋਂ ਨਾਲ ਰਲ ਗਿਆ ਤੇ ਜਦੋਂ ਮੱਕੇ ਪਹੁੰਚੇ ਉਹ ਤਾਜਦੀਨ ਆਪਣੀ ਡਾਇਰੀ ਵਿੱਚ ਲਿਖਦਾ ਕਿ ਸ਼ਾਮਾਂ ਪੈ ਚੁੱਕੀਆਂ ਸਨ, ਰਾਤ ਪੈ ਗਈ ਤੇ ਜਿਹੜਾ ਕਾਬਾ ਹੈ ਉਹ ਮੱਕੇ ਸ਼ਹਿਰ ਦੇ ਬਾਹਰ ਬਾਹਰ ਬਣਿਆ ਹੋਇਆ ਹੈ। ਅਸੀਂ ਸਾਰੇ ਚਲੇ ਗਏ ਤੇ ਜਦੋਂ ਉੱਥੇ ਪਹੁੰਚਦੇ ਹਾਂ ਰਾਤ ਪਈ ਹੈ, ਰਾਤ ਬਤੀਤ ਹੁੰਦੀ ਹੈ, ਸਵੇਰ ਦੇ 3 ਵਜੇ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਮਰਦਾਨੇ ਦੇ ਨਾਲ ਕੀਰਤਨ ਆਰੰਭ ਕਰ ਦਿੰਦੇ ਨੇ। ਕੁਝ ਚਿਰ ਤੋਂ ਬਾਅਦ ਗੁਰੂ ਨਾਨਕ ਸਾਹਿਬ ਆਪਣੇ ਪੈਰ ਕਾਬੇ ਵਾਲੇ ਪਾਸੇ ਕਰਕੇ ਤੇ ਸਿਰ ਕਾਬੇ ਤੋਂ ਦੂਰ ਕਰਕੇ ਲੇਟ ਜਾਂਦੇ ਹਨ। ਰਾਤ ਨੂੰ ਕੋਈ ਵੀ ਕਾਜੀ ਜਾਂ ਸਫਾਈ ਕਰਮਚਾਰੀ ਉਹ ਕਾਬੇ ਦੇ ਵਿੱਚ ਨਹੀਂ ਰਹਿੰਦਾ ਸੀ। ਸਵੇਰ ਦਾ ਸਮਾਂ ਹੋਇਆ ਤੇ ਸਫਾਈ ਕਰਮਚਾਰੀ ਜੀਵਨ ਉਹ ਆਇਆ, ਉਹਨੇ ਕਾਬੇ ਦੇ ਆਲੇ ਦੁਆਲੇ ਦਾ ਸਾਰਾ ਹੀ ਸਾਫ਼ ਕੀਤਾ ਤੇ ਜਦੋਂ ਅੰਦਰ ਆਇਆ ਉਹਨੇ ਕੀ ਵੇਖਿਆ, ਸਾਰੇ ਲੋਕ ਤੇ ਸਹੀ ਨੇ ਪਰ ਇੱਕ ਮਨੁੱਖ ਆਪਣੇ ਪੈਰ ਕਾਬੇ ਵੱਲ ਨੂੰ ਤੇ ਸਿਰ ਜਿਹੜਾ ਹੈ ਉਹ ਕਾਬੇ ਤੋਂ ਦੂਰ ਕਰਕੇ ਲੇਟਿਆ ਹੋਇਆ ਹੈ। ਉਹ ਜੀਵਨ ਉੱਚੀ ਉੱਚੀ ਰੌਲਾ ਪਾਉਂਦਾ, ਖਿੱਚ ਕੇ ਬਾਤ ਕਰਦਾ ਤੇ ਜਦੋਂ ਸਤਿਗੁਰੂ ਮਹਾਰਾਜ ਦੇ ਕੰਨਾਂ ਵਿੱਚ ਉਹ ਬੋਲ ਪਏ ਤੇ ਸਾਹਿਬ ਪੁੱਛਦੇ ਨੇ ਵੀ ਤੁਸੀਂ ਗੁੱਸੇ ਕਿਉਂ ਹੁੰਦੇ ਹੋ, ਉਹ ਕਹਿਣ ਲੱਗਾ ਵੀ ਤੁਸੀਂ ਆਪਣੇ ਪੈਰ ਕਾਬੇ ਵਾਲੇ ਪਾਸੇ ਕਰਕੇ ਤੇ ਸਿਰ ਕਾਬੇ ਤੋਂ ਦੂਰ ਕਰਕੇ ਸੁੱਤੇ ਪਏ ਹੋ, ਇਹ ਖੁਦਾ ਦਾ ਘਰ ਹੈ ਤੇ ਤੁਸੀਂ ਖੁਦਾ ਦੇ ਘਰ ਵੱਲ ਨੂੰ ਪੈਰ ਕਰਕੇ ਸੁੱਤੇ ਪਏ ਹੋ। ਸਾਹਿਬ ਨੇ ਬੜੇ ਸਹਿਜ ਅਵਸਥਾ ਵਿੱਚ ਜੀਵਨ ਨੂੰ ਆਖਿਆ, ਜਿੱਧਰ ਰੱਬ ਦਾ ਘਰ ਨੇ ਮੇਰੇ ਪੈਰ ਉੱਧਰ ਕਰਦੇ। ਜੀਵਨ ਨੇ ਪੈਰ ਪਕੜੇ, ਲੱਤਾਂ ਪਕੜੀਆਂ ਤੇ ਦੂਜੇ ਪਾਸੇ ਨੂੰ ਪੈਰ ਕਰ ਦਿੱਤੇ ਕਾਬੇ ਤੋਂ ਦੂਰ ਤੇ ਆਪਣੇ ਕੰਮ ਵਿੱਚ ਲੱਗ ਪਿਆ। ਕੁਝ ਦੇਰ ਬਾਅਦ ਉਹਨੇ ਫਿਰ ਦੇਖਿਆ ਪੈਰ ਫਿਰ ਕਾਬੇ ਵਾਲੇ ਪਾਸੇ ਤੇ ਸਿਰ ਕਾਬੇ ਤੋਂ ਦੂਰ। ਉਹ ਫਿਰ ਗੁੱਸੇ ਵਿੱਚ ਆਇਆ, ਉਹਨੇ ਫਿਰ ਲੱਤਾਂ ਤੋਂ ਪਕੜਿਆ, ਫਿਰ ਸਤਿਗੁਰ ਦੇ ਪੈਰ ਦੂਜੇ ਪਾਸੇ ਕਰ ਦਿੱਤੇ ਤੇ ਆਪਣੇ ਕੰਮ ਵਿੱਚ ਲੱਗ ਗਿਆ। ਥੋੜੀ ਕੁ ਦਾਰ ਬਾਅਦ ਫਿਰ ਵੇਖਦਾ ਤੇ ਫਿਰ ਉਵੇਂ ਹੀ ਅਵਸਥਾ, ਪੈਰ ਕਾਬੇ ਵੱਲ ਨੂੰ ਤੇ ਸਿਰ ਕਾਬੇ ਤੋਂ ਦੂਰ। ਉਸੇ ਵਕਤ ਗੁੱਸੇ ਦੇ ਵਿੱਚ ਆਇਆ ਹੋਇਆ ਸਤਿਗੁਰ ਨੂੰ ਲੱਤਾਂ ਤੋਂ ਪਕੜਦਾ ਹੈ ਤੇ ਘਰੀਸਦਾ ਹੋਇਆ
ਮੁੱਖ ਦੇ ਵਿੱਚੋਂ ਉੱਚੀ ਉੱਚੀ ਕਹਿੰਦਾ ਹੋਇਆ ਮੈਂ ਤੈਨੂੰ ਘੜੀਸ ਕੇ ਖੱਡ ਵਿੱਚ ਸੁੱਟ ਦਾਂਗਾ, ਤੂੰ ਰੱਬ ਦੇ ਕਰਮਾਂ ਨੂੰ ਪੈਰ ਕਰਕੇ ਸੁੱਟਦਾ ਪਿਆ ਏ। ਉਹ ਤਾਜ ਦੀਨ ਲਿਖਦਾ ਮੁਸਲਮਾਨ ਲਿਖਾਰੀ ਆਪਣੀ ਡੈਰੀ ਵਿੱਚ ਕਿ ਉਸ ਵੇਲੇ ਜਦੋਂ ਜੀਵਨ ਘੜੀਸ ਰਿਹਾ ਹੈ ਸਤਿਗੁਰ ਨੂੰ ਤੇ ਉਹਨੂੰ ਇੰਝ ਪ੍ਰਤੀਤ ਹੋਇਆ ਕਿ ਰੱਬ ਕਾਬਾ ਜਿਹੜਾ ਹੈ ਜਿੱਧਰਲੇ ਪਾਸੇ ਨੂੰ ਮੈਂ ਪੈਰ ਕਰਦਾ ਇਸ ਫਕੀਰ ਦੇ ਉਧਰਲੇ ਪਾਸੇ ਨੂੰ ਘੁੰਮਦਾ ਪਿਆ ਹੈ। ਉਹ ਚਰਨਾਂ ਦੇ ਉੱਤੇ ਢਹਿ ਪਿਆ। ਉਹ ਸੋਚਦਾ ਸੀ ਪਹਿਲਾਂ ਵੀ ਸ਼ਾਇਦ ਇਹ ਮਨੁੱਖ ਜਾਣ ਕੇ ਫਕੀਰ ਜਾਣ ਕੇ ਪੈਰ ਕਰਦਾ ਪਿਆ ਕਾਬੇ ਵੱਲ ਨੂੰ, ਪਰ ਹੁਣ ਜਦੋਂ ਉਹਨੂੰ ਸਾਰੇ ਪਾਸੇ ਅੱਲਾ ਨਜ਼ਰ ਆਇਆ ਸਤਿਗੁਰ ਦੇ ਚਰਨਾਂ ਵਿੱਚ ਢਹਿ ਪਿਆ, ਸਤਿਗੁਰ ਦੇ ਅੱਗੇ ਹੱਥ ਜੋੜ ਬੇਨਤੀ ਕਰਦਾ ਮੈਨੂੰ ਉਪਦੇਸ਼ ਦਵੋ, ਮੈਂ ਤੁਹਾਨੂੰ ਪਹਿਚਾਣ ਨਹੀਂ ਸਕਿਆ। ਤਾਂ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੇਵਲ ਇੰਨੀ ਗੱਲ ਕਹੀ, ਤੈਨੂੰ ਅੱਲਾ ਸਦਾ ਯਾਦ ਰਹੇ, ਤੈਨੂੰ ਅੱਲਾ ਸਦਾ ਯਾਦ ਰਹੇ। ਸੁਣ ਕੇ ਉਹ ਇੱਕਦਮ ਕਾਬੇ ਤੋਂ ਦੂਰ ਭੱਜਿਆ, ਸ਼ਹਿਰ ਵਾਲੇ ਪਾਸੇ ਨੂੰ ਦੌੜਦਾ ਹੋਇਆ ਜਾਮਾ ਮਸਜਿਦ ਦੇ ਉੱਪਰ ਚੜ੍ਹ ਗਿਆ। ਤੇ ਤਾਜ ਦੀਨ ਉਹ ਮੁਸਲਮਾਨ ਲਿਖਾਰੀ ਲਿਖਦਾ ਵੀ ਮੈਂ ਉਹਦੇ ਪਿੱਛੇ ਪਿੱਛੇ ਚਲਾ ਗਿਆ, ਸੋਚਿਆ ਹੁਣ ਇਹ ਸ਼ਹਿਰ ਦੇ ਲੋਕਾਂ ਨੂੰ ਦੱਸੇਗਾ, ਉਪੱਦਰ ਕਰਨਗੇ ਲੋਕ ਤੇ ਇਸ ਫਕੀਰ ਨੂੰ ਮਾਰਨ ਵਾਸਤੇ ਆਉਣਗੇ। ਉਹਨੇ ਮਸਜਿਦ ਦੇ ਉੱਤੇ ਚੜ੍ਹ ਕੇ ਤੇ ਉੱਚੀ ਆਵਾਜ਼ ਦੇ ਵਿੱਚ ਆਖਿਆ, ਕਹਿਣ ਲੱਗਾ ਸੁਣੋ ਅਰਬ ਵਾਸੀਓ, ਸੁਣੋ ਆਪਾਂ ਕਈ ਚਿਰ ਤੋਂ ਸੁਣਦੇ ਆਏ ਹਾਂ ਕਿ ਖੁਦਾ ਕਾਬੇ ਦੇ ਵਿੱਚ ਵਸਦਾ। ਅੱਜ ਮੈਂ ਆਪਣੇ ਅੱਖਾਂ ਦੇ ਨਾਲ ਦੇਖਿਆ, ਅੱਜ ਖੁਦ ਖੁਦਾ ਜਿਹੜਾ ਹੈ ਕਾਬੇ ਦੇ ਵਿੱਚ ਆਇਆ ਹੋਇਆ ਹੈ। ਤੁਸੀਂ ਆਓ ਤੇ ਆ ਕੇ ਖੁਦਾ ਦੇ ਦਰਸ਼ਨ ਕਰੋ, ਮਨ ਮੁਰਾਦਾਂ ਤੁਸੀਂ ਪੂਰੀਆਂ ਕਰੋ। ਜਦੋਂ ਇਹ ਆਵਾਜ਼ ਅਰਬ ਵਾਸੀਆਂ ਨੇ ਸੁਣੀ, ਉਹ ਇੱਕਦਮ ਕਾਬੇ ਵੱਲ ਨੂੰ ਭੱਜੇ ਆਏ। ਲੋਕਾਂ ਨੇ ਦੱਸ ਦਿੱਤਾ ਵੀ ਉਹਦੇ ਪੈਰ ਕਰਕੇ ਕਾਬੇ ਵਾਲੇ ਪਾਸੇ ਸੁੱਤਾ ਪਿਆ ਸੀ। ਉਹਨਾਂ ਨੇ ਆਪਣੇ ਹੱਥ ਵਿੱਚ ਚਾਕੂ, ਆਪਣੇ ਹੱਥ ਵਿੱਚ ਕੁਹਾੜੇ, ਜੋ ਹੱਥ ਵਿੱਚ ਆਇਆ ਉਹ ਲੈ ਕੇ ਉਹ ਕਾਬੇ ਵੱਲ ਨੂੰ ਭੱਜੇ। ਤੇ ਉਸ ਕਾਬੇ ਦਾ ਜਿਹੜਾ ਸਭ ਤੋਂ ਵੱਡਾ ਕਾਜੀ ਸੀ ਉਹ ਸੀ ਰੁਕਨਉਦੀਨ। ਜੀਵਨ ਨੇ ਜਾ ਕੇ ਉਹਦੇ ਅੱਗੇ ਕਿਹਾ ਵੀ ਰੁਕਨਉਦੀਨ ਜੀ, ਇਹਨਾਂ ਨੂੰ ਰੋਕੋ, ਮੈਂ ਆਪਣੀਆਂ ਅੱਖਾਂ ਦੇ ਨਾਲ ਸੁਣ ਕੇ ਆਇਆ, ਆਪਣੀਆਂ ਅੱਖਾਂ ਦੇ ਨਾਲ ਦੇਖਿਆ, ਕੰਨਾਂ ਦੇ ਨਾਲ ਉਹਦੇ ਬੋਲ ਸੁਣ ਕੇ ਆਇਆ। ਉਹ ਖੁਦਾ ਆਪ ਖੁਦ ਚੱਲ ਕੇ ਆਇਆ। ਉਹ ਕਾਜੀ ਰੁਕਨਉਦੀਨ ਕਹਿੰਦਾ ਤੂੰ ਵਾਕਈ ਆਪਣੀਆਂ ਕੰਨਾਂ ਦੇ ਨਾਲ ਉਹਦੇ ਬੋਲ ਸੁਣੇ ਨੇ, ਅੱਖਾਂ ਦੇ ਨਾਲ ਵੇਖਿਆ? ਕਹਿਣ ਲੱਗਾ ਹਾਂ, ਉਹ ਖੁਦ ਖੁਦਾ ਆਇਆ ਹੋਇਆ ਹੈ। ਉਹ ਕਹਿਣ ਲੱਗਾ ਮੇਰਾ ਇੱਥੇ ਰਾਜ ਚੱਲਦਾ, ਮੇਰਾ ਹੁਕਮ ਚੱਲਦਾ, ਮੈਂ ਭੀੜ ਨੂੰ ਰੋਕ ਦੇਵਾਂਗਾ। ਉਹਨੇ ਸਾਰੀ ਭੀੜ ਨੂੰ ਰੋਕ ਦਿੱਤਾ, ਕੇਵਲ 150 ਬੰਦੇ ਆਪਣੇ ਨਾਲ ਲੈ ਕੇ ਗਿਆ। ਤੇ ਤਾਜਵੀਨ ਆਪਣੀ ਡੈਰੀ ਵਿੱਚ ਲਿਖਦਾ ਵੀ ਉਹ ਵੀ ਬੰਦੇ ਅੱਗੇ ਨਾ ਜਾ ਸਕੇ, ਜਦੋਂ 100 ਤੋਂ ਪ੍ਰਲੰਘ ਦਾ ਸਫ਼ਰ ਰਹਿ ਗਿਆ, ਕੇਵਲ ਕਾਜੀ ਰੁਕਨਉਦੀਨ ਅੰਦਰ ਗਿਆ। ਕਾਜੀ ਰੁਕਨਉਦੀਨ ਨੇ ਜਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸਲਾਮ ਦੁਆ ਕੀਤੀ। ਜਦੋਂ ਸਲਾਮ ਦੁਆ ਕੀਤੀ ਤੇ ਸਤਿਗੁਰੂ ਮਹਾਰਾਜ ਨੇ ਜਵਾਬ ਦਿੱਤਾ, ਸਤਿ ਸ੍ਰੀ ਅਕਾਲ ਗੁਰਬਰਾ ਅਕਾਲ। ਸਤਿਗੁਰ ਦੇ ਬੋਲ ਸੁਣ ਕੇ ਕਾਜੀ ਅੰਦਰੋਂ ਜਿਹੜਾ ਸੀ ਬਿਲਕੁਲ ਠੰਡਾ ਠਾਰ ਹੋ ਗਿਆ, ਸ਼ਾਂਤ ਹੋ ਗਿਆ। ਕਾਜੀ ਨੇ ਸਤਿਗੁਰ ਮਹਾਰਾਜ ਨੂੰ ਸਵਾਲ ਕੀਤਾ, ਕਹਿਣ ਲੱਗੇ ਤੁਹਾਡਾ ਵਜ਼ਨ ਕੀ ਹੈ? ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਮੈਂ ਤੇ ਅੱਲਾ ਦਾ ਬੰਦਾ, ਮੇਰਾ ਕੋਈ ਮਜ਼ਹਬ ਨਹੀਂ ਹੈ।
ਉਸ ਵਕਤ ਕਾਜੀ ਰੁਕਨਦੀਨ ਨੇ ਬਹੁਤ ਸਵਾਲ ਕੀਤੇ ਤੇ ਤਾਜ ਜੀ ਨੇ ਕਿਹਾ ਕਿ 360 ਸਵਾਲ ਕਾਜੀ ਰੁਕਨਦੀਨ ਨੇ ਗੁਰੂ ਨਾਨਕ ਸਾਹਿਬ ਨੂੰ ਕੀਤੇ। ਉਹਨਾਂ ਸਵਾਲਾਂ ਦੇ ਵਿੱਚ ਕਾਜੀ ਕਹਿੰਦਾ ਹੈ, ਤੁਸੀਂ ਰੱਬ ਦੇ ਘਰ ਵੱਲ ਨੂੰ ਪੈਰ ਕਰਕੇ ਸੁੱਤੇ ਪਏ ਸੋ, ਤੁਸੀਂ ਬੜਾ ਗੁਨਾਹ ਕੀਤਾ। ਸਹਿਬ ਕਹਿਣ ਲੱਗੇ ਵੀ ਤੁਹਾਡਾ ਪਾਕ ਪਵਿੱਤਰ ਗ੍ਰੰਥ ਕੁਰਾਨ ਮਜ਼ੀਦ ਜਿਹੜਾ ਹੈ ਉਹਦੇ ਵਿੱਚ ਲਿਖਿਆ ਹੈ ਵੀ ਰੱਬ ਸਾਰਿਆਂ ਜਗ੍ਹਾ ਦੇ ਉੱਤੇ ਮੌਜੂਦ ਹੈ, ਉਹ ਰੱਬ ਮਨੁੱਖ ਦੀ ਸਾਹ ਰੰਗ ਤੋਂ ਵੀ ਨੇੜੇ ਹੈ, ਉਹ ਕੇਵਲ ਕਾਬੇ ਤੱਕ ਨਹੀਂ ਸੀਮਤ, ਇਤਨੀ ਜਗ੍ਹਾ ਦੇ ਵਿੱਚ ਤੁਹਾਡਾ ਖੁਦਾ ਤੇ ਸਾਰੀ ਜਗ੍ਹਾ ਦੇ ਉੱਤੇ ਮੌਜੂਦ ਹੈ। ਉਹਨੇ ਦੂਸਰਾ ਸਵਾਲ ਕੀਤਾ, ਕਹਿਣ ਲੱਗਾ ਤੁਸੀਂ ਸੰਗੀਤ ਗਾਇਆ, ਇਸਲਾਮ ਦੇ ਵਿੱਚ ਸੰਗੀਤ ਮਨਾ ਹੈ। ਸਹਿਬ ਕਹਿਣ ਲੱਗੇ ਨਹੀਂ, ਆਪਣੀ ਕੁਰਾਨ ਮਜੀਦ ਨੂੰ ਪੜ੍ਹ ਕੇ ਵੇਖੋ, ਉਹਦੀ ਇੱਕ ਆਇਤ ਦੇ ਵਿੱਚ ਲਿਖਿਆ ਹੋਇਆ, ਹਦੀਸ ਦੇ ਵਿੱਚ ਲਿਖਿਆ ਹੋਇਆ ਕਿ ਜਦੋਂ ਹਜ਼ਰਤ ਮੁਹੰਮਦ ਸਾਹਿਬ ਕੁਰੇਸ਼ੀ ਕਬੀਲੇ ਦੇ ਵਿੱਚ ਗਏ ਤੇ ਉੱਥੇ ਕੁਝ ਬੱਚੀਆਂ ਕੁਝ ਔਰਤਾਂ ਲੋਕ ਗੀਤ ਗਾ ਰਹੀਆਂ ਸਨ ਸੰਗੀਤ ਦੇ ਨਾਲ, ਉਹਨਾਂ ਨੇ ਸੰਗੀਤ ਬੰਦ ਕਰਕੇ ਭਜਨ ਗਾਉਣੇ ਸ਼ੁਰੂ ਕਰ ਦਿੱਤੇ, ਲੋਕ ਗੀਤ ਬੰਦ ਕਰ ਦਿੱਤੇ। ਹਜ਼ਰਤ ਮੁਹੰਮਦ ਸਾਹਿਬ ਕਹਿਣ ਲੱਗੇ ਤੁਸੀਂ ਸੰਗੀਤ ਦੇ ਨਾਲ ਭਾਵੇਂ ਲੋਕ ਗੀਤ ਗਾਓ, ਅੱਲਾਹ ਤੁਹਾਡੇ ਉੱਤੇ ਮਿਹਰ ਕਰੇਗਾ। ਕੁਰਾਨ ਮਜੀਦ ਦੇ ਅੰਦਰ ਸੰਗੀਤ ਮਨਾ ਨਹੀਂ ਹੈ। ਉਹਨੇ ਇੱਕ ਹੋਰ ਸਵਾਲ ਪੁੱਛਿਆ, ਕਹਿਣ ਲੱਗਾ ਕਿ ਤੁਸੀਂ ਕੇਸਾ ਧਾਰੀ ਹੋ, ਸਾਬਤ ਸੂਰਤ ਹੋ, ਤੇ ਸਤਿਗੁਰ ਮਹਾਰਾਜ ਨੇ ਉੱਤਰ ਦਿੱਤਾ ਤੁਹਾਡੀ ਕੁਰਾਨ ਦੇ ਵਿੱਚ ਇਹ ਲਿਖਿਆ ਹੋਇਆ ਵੀ ਜਿਹੜਾ ਵੀ ਹਾਜੀ ਹੱਜ ਕਰਨ ਵਾਸਤੇ ਕਾਬੇ ਦੀ ਧਰਤੀ ਦੇ ਉੱਤੇ ਆਉਂਦਾ ਉਹਨੂੰ ਸਾਬਤ ਸੂਰਤ ਹੋਣਾ ਚਾਹੀਦਾ ਹੈ, ਉਹਦਾ ਹੱਜ ਤਾਂ ਪੂਰਾ ਹੁੰਦਾ ਜੇ ਉਹ ਸਾਬਤ ਸੂਰਤ ਹੈ। ਤੁਹਾਡੀ ਕੁਰਾਨ ਦੇ ਵਿੱਚ ਵੀ ਕੇਸ ਕਟਾਉਣੇ ਮਨਾ ਨੇ। ਉਹ ਕਾਜੀ ਰੁਕਮ ਵੀ ਕਹਿਣ ਲੱਗਾ ਮੈਨੂੰ ਬਖਸ਼ੋ, ਮੈਨੂੰ ਅੰਦਰ ਤਾਕਤ ਬਖਸ਼ਿਸ਼ ਕਰੋ, ਮੈਂ ਕੁਛ ਜਾਣ ਸਕਾਂ। ਸਤਿਗੁਰੂ ਮਹਾਰਾਜ ਦੇ ਨਾਲ ਅਨੇਕਾਂ ਸਵਾਲ ਹੋਏ, ਸਹਿਬ ਨੇ ਉਹਨਾਂ ਦਾ ਉੱਤਰ ਦਿੱਤਾ। ਅਖੀਰ ਸੰਗਤਾਂ ਆਉਂਦੀਆਂ ਨੇ, ਉੱਥੋਂ ਦੇ ਲੋਕ ਆਉਂਦੇ ਨੇ, ਪ੍ਰਸ਼ਾਦ ਭੇਟਾ ਚੜ੍ਹਾਉਂਦੇ ਨੇ, ਕਾਜੂ ਬਦਾਮ ਤੇ ਦੁੱਧ ਸਤਿਗੁਰੂ ਮਹਾਰਾਜ ਨੂੰ ਸੰਗਤ ਵਿੱਚ ਵਰਤਾ ਰਹੇ ਨੇ। ਕਈ ਦਿਨ ਨਿਕਲਣ ਤੋਂ ਬਾਅਦ ਸਤਿਗੁਰੂ ਮਹਾਰਾਜ ਵਾਪਸ ਆ ਜਾਂਦੇ ਨੇ। ਮੈਂ ਗੱਲ ਨਜ਼ਦੀਕ ਰੱਖਾਂ, ਗੁਰੂ ਨਾਨਕ ਜਿਨ ਸੁਣਿਆ ਦੇਖਿਆ, ਜਿਨ੍ਹਾਂ ਨੇ ਸੁਣਿਆ ਜਿਨ੍ਹਾਂ ਨੇ ਦੇਖਿਆ, ਉਹਨਾਂ ਦਾ ਜੰਮਣ ਮਰਨਾ ਖਤਮ ਹੋ ਗਿਆ, ਗਰਭ ਦੇ ਵਿੱਚ ਆਉਣਾ ਖਤਮ ਹੋ ਗਿਆ। ਰੁਕਤ ਦੀਨ ਜਿਹੜਾ ਸੀ ਉਹ ਸਤਿਗੁਰੂ ਦਾ ਸਿੱਖ ਬਣਿਆ। ਜਦੋਂ ਸਤਿਗੁਰ ਮਹਾਰਾਜ ਵਾਪਸ ਆਏ, ਉੱਥੋਂ ਦਾ ਜਿਹੜਾ ਅਮੀਰ ਸ਼ਾਹੀ ਮੱਕਾ ਸੀ ਉਹਨੇ ਫਤਵਾ ਲਾਗੂ ਕਰ ਦਿੱਤਾ ਰੁਕਨ ਦੀਨ ਦੇ ਉੱਤੇ। ਉਹਨੂੰ ਲੱਭਿਆ ਗਿਆ ਜਿਹੜਾ ਰੁਕਨ ਦੀਨ ਕਾਜੀ ਰੱਬ ਦੇ ਰੰਗ ਵਿੱਚ ਮਸਤ ਸੀ, ਸਿਮਰਨ ਵਿੱਚ ਜੁੜਿਆ ਹੋਇਆ ਸੀ, ਇਕਾਂਤ ਜਗ੍ਹਾ ਦੇ ਵਿੱਚ ਬੈਠਾ ਹੋਇਆ ਸੀ, ਉਹਨੂੰ ਲੈ ਕੇ ਆਉਂਦਾ ਉਹਦੇ ਉੱਤੇ ਫਤਵਾ ਲਾਗੂ ਕੀਤਾ। ਫਤਵਾ ਲਾਗੂ ਕੀਤਾ ਵੀ ਇਹ ਕਾਫਰ ਹੈ, ਇਹਦਾ ਮੁਰਸ਼ਦ ਨਾਨਕ ਫਕੀਰ ਵੀ ਕਾਫਰ ਹੈ। ਦੂਸਰੀ ਸਜ਼ਾ ਸੁਣਾਈ ਗਈ ਵੀ ਇਹਨੂੰ 30 ਕੋੜੇ ਮਾਰੇ ਜਾਣ, ਤੇ ਨਾਲ ਇੱਕ ਸਜ਼ਾ ਸੁਣਾਈ ਗਈ ਵੀ 11 ਦਿਨ ਫਾਕਾ ਟੱਟੀ ਕੀਤਾ ਜਾਵੇ ਤੇ ਇਹਨੂੰ ਕਾਲ ਕੋਠੜੀ ਦੇ ਵਿੱਚ ਰੱਖਿਆ ਜਾਵੇ। ਤੀਸਰੀ ਸਜ਼ਾ ਸੁਣਾਈ ਗਈ ਇਹਦੀ ਜਿਤਨੀ ਜਾਇਦਾਦ ਹੈ ਉਹਨੂੰ ਜ਼ਬਤ ਕਰ ਲਿਆ ਜਾਵੇ। ਚੌਥੀ ਸਜ਼ਾ ਸੁਣਾਈ ਗਈ ਇਹਦਾ
ਜਿਹੜਾ ਕਬੀਲਾ ਹੈ ਇਹਨੂੰ ਦੇਸ਼ ਨਕਾੜਾ ਦੇ ਦਿੱਤਾ ਜਾਵੇ। ਪੰਜਵੀਂ ਸਜ਼ਾ ਸੁਣਾਈ ਗਈ ਕਿ ਇਹਦਾ ਕਾਲਾ ਮੂੰਹ ਕਰਕੇ ਮੱਕੇ ਦੇ ਵਿੱਚ ਘੁਮਾਇਆ ਜਾਵੇ। ਛੇਵੀਂ ਸਜ਼ਾ ਸੁਣਾਈ ਗਈ ਇਹਨੂੰ ਪੁੱਠਾ ਟੰਗਿਆ ਜਾਵੇ ਤੇ ਸੱਤਵੀਂ ਸਜ਼ਾ ਸੁਣਾਈ ਗਈ ਇਹਨੂੰ ਧਰਤੀ ਦੇ ਵਿੱਚ ਦੱਬ ਕੇ ਤੇ ਪੱਥਰ ਮਾਰ ਕੇ ਸੰਗਸ਼ਾਰ ਕੀਤਾ ਜਾਵੇ। ਹੁਣ ਉਸ ਕਾਜੀ ਰੁਕਨ ਦੀਨ ਜਿਹੜਾ ਰੱਬ ਵਿੱਚ ਮਸਤ ਹੈ, ਸਿਮਰਨ ਇੱਕ ਪਲ ਵੀ ਉਹਦੇ ਮੁੱਖ ਦੇ ਵਿੱਚੋਂ ਪਰਮੇਸ਼ਰ ਦਾ ਨਾਮ ਨਹੀਂ ਭੁੱਲਦਾ, ਸਿਮਰਨ ਵਿੱਚ ਜੁੜਿਆ ਹੋਇਆ, ਉਹਨੂੰ ਸਜ਼ਾ ਦਿੱਤੀਆਂ ਗਈਆਂ। ਉਹਨੂੰ ਰੇਤਾ ਦੇ ਵਿੱਚ ਦੱਬ ਕੇ ਤੇ ਜਦੋਂ 22ਵੇਂ ਦਿਨ ਉਹਨੂੰ ਕੱਢਿਆ ਗਿਆ ਤੇ 22ਵੇਂ ਦਿਨ ਕੱਢਣ ਤੋਂ ਬਾਅਦ ਉਹਨੂੰ ਪੁੱਛਿਆ ਗਿਆ ਕਿ ਤੂੰ ਆਪਣਾ ਆਖਰੀ ਬਿਆਨ ਜਿਹੜਾ ਹੈ ਉਹ ਕਲਮਬੱਧ ਕਰਵਾ। ਉਸ ਵਕਤ ਕਾਜੀ ਰੁਕਨ ਦੀਨ ਉਹਨੇ ਆਪਣਾ ਬਿਆਨ ਕਲਮਬੰਧ ਕਰਵਾਇਆ। ਉਹਨੇ ਬਿਆਨ ਕਰਵਾਇਆ ਵੀ ਮੇਰਾ ਦੀਨ ਅਮਾਨ, ਮੇਰਾ ਖੁਦਾ ਗੁਰੂ ਨਾਨਕ ਸਾਹਿਬ ਹਨ। ਉਹਨਾਂ ਦੇ ਕੋਲ ਜੋ ਕਲਾਮ ਹੈ, ਉਹਨਾਂ ਦੇ ਕੋਲ ਜੋ ਕਿਤਾਬ ਹੈ, ਜਿਹੜਾ ਉਹਦੇ ਉੱਤੇ ਵਿਸ਼ਵਾਸ ਕਰੂਗਾ ਉਹਨੂੰ ਬਹਿਸ਼ਤ ਮਿਲੇਗੀ। ਜਿਹੜੇ ਚਾਹੁੰਦੇ ਨੇ ਵੀ ਸਾਡਾ ਪਾਰ ਉਤਾਰਾ ਹੋਵੇ ਉਹ ਗੁਰੂ ਨਾਨਕ ਦੀ ਸ਼ਰਨ ਦੇ ਵਿੱਚ ਆ ਗਿਆ, ਆਪਣਾ ਇਹ ਬਿਆਨ ਕਲਮ ਬੰਦ ਕਰਵਾ ਕੇ ਤੇ ਉਹ ਕਾਜੀ ਰੁਕਮ ਦੀਨ ਜਿਹੜਾ ਹੈ ਉਹ ਆਖਰੀ ਸਵਾਸ ਲੈਂਦਾ ਤੇ ਇਸ ਦੁਨੀਆਂ ਨੂੰ ਛੱਡ ਕੇ ਚਲਾ ਜਾਂਦਾ, ਕਿਉਂਕਿ ਉਹਦੇ ਉੱਤੇ ਤਸ਼ੱਦਦ ਕੀਤਾ ਹੋਇਆ ਸੀ। ਤੇ ਜਿਹੜੇ ਲੋਕ ਹੱਥ ਵਿੱਚ ਪੱਥਰ ਲੈ ਕੇ ਸੰਗਸ਼ਾਰ ਕਰਨ ਵਾਸਤੇ ਆਏ ਹੋਏ ਸਨ ਉਹਨਾਂ ਦੇ ਪੱਥਰ ਧਰਤੀ ਦੇ ਉੱਤੇ ਡਿੱਗ ਪਏ। ਅੱਜ ਵੀ ਤੁਸੀਂ ਉਸ ਇਲਾਕੇ ਦੇ ਵਿੱਚ ਤੇ ਉਹਨਾਂ ਦੇ ਅੱਗੇ ਜਿਹੜੇ, ਕਿਉਂਕਿ ਉੱਥੇ ਕਾਜੀ ਕੇਵਲ ਰੁਕਨ ਦਾ ਨਹੀਂ ਸਿੱਖ ਨਹੀਂ ਰੁਕਨ ਦੀ ਨਹੀਂ ਸਿੱਖ ਬਣਿਆ ਸੀ, ਹੋਰ ਵੀ ਬੜੇ ਲੋਕ ਉੱਥੇ ਸਿੱਖ ਬਣ ਗਏ ਤੇ ਉਹਨਾਂ ਦੇ ਅੱਗੇ ਜੋ ਪੀੜ੍ਹੀਆਂ ਚੱਲਦੀਆਂ ਨੇ ਅੱਜ ਵੀ ਉਹ ਜੱਟਾ ਜੁੱਟ ਹੈ, ਉਹ ਕੇਸ ਕਤਲ ਨਹੀਂ ਕਰਾਉਂਦੇ, ਉਹ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਦੇ ਉੱਤੇ ਚੱਲਦੇ ਹੈ, ਉਹ ਗੁਰੂ ਨਾਨਕ ਸਾਹਿਬ ਦੇ ਉੱਤੇ ਵਿਸ਼ਵਾਸ ਰੱਖਦੇ ਹੈ ਤੇ ਇਹਦੇ ਵਿੱਚ ਹੀ ਆਪਣਾ ਪਾਰ ਉਤਾਰਾ ਸਮਝਦੇ ਹੈ, ਉਹ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਦੇ ਨੇ। ਇਸ ਤਰ੍ਹਾਂ ਗੁਰੂ ਅਰਜਨ ਸਾਹਿਬ ਮਹਾਰਾਜ ਜੋ ਗੱਲ ਕਹਿੰਦੇ ਹਨ ਕਿ ਜਿਨ੍ਹਾਂ ਵੀ ਗੁਰੂ ਨਾਨਕ ਸਾਹਿਬ ਨੂੰ ਸੁਣਿਆ ਦੇਖਿਆ ਉਹਨਾਂ ਦਾ ਗਰਭ ਜਿਹੜਾ ਸੀ ਉਹ ਖਤਮ ਹੋ ਗਿਆ, ਪਾਪ ਜੰਮਣਾ ਮਰਨਾ ਉਹਨਾਂ ਦਾ ਗਰਭ ਖਤਮ ਹੋ ਗਿਆ ਤੇ ਉਹ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਪ੍ਰਵਾਨੇ ਗਏ। ਅੱਜ ਉਸ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਅੱਜ ਅਸੀਂ ਪ੍ਰਕਾਸ਼ ਪੁਰਬ ਮਨਾਉਣ ਵਾਸਤੇ ਸਾਰੇ ਇਕੱਤਰ ਹੋਏ ਹਾਂ। ਅਸੀਂ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਉੱਤੇ ਵਿਸ਼ਵਾਸ ਕਰੀਏ, ਆਪਣਾ ਅਕੀਦਾ ਗੁਰੂ ਨਾਨਕ ਸਾਹਿਬ ਦੇ ਉੱਤੇ ਲਿਆਈਏ, ਸਤਿਗੁਰੂ ਦੇ ਬੋਲਾਂ ਨੂੰ ਜੋ ਕਿ ਉਹਨਾਂ ਨੇ ਸਾਡੀ ਰਹਿਨੁਮਾਈ ਕਰਨ ਵਾਸਤੇ ਸਾਨੂੰ ਬੋਲ ਦਿੱਤੇ ਨੇ ਅਸੀਂ ਉਹਨਾਂ ਦੇ ਉੱਤੇ ਚੱਲ ਕੇ ਉਹਨਾਂ ਨੂੰ ਮੇਰੇ ਦਿਲ 'ਚ ਵਸਾ ਕੇ ਆਪਣੇ ਜੀਵਨ ਦਾ ਪਾਰ ਉਤਾਰਾ ਅੱਜ ਵੀ ਅਸੀਂ ਕਰ ਸਕਦੇ ਹਾਂ। ਸਤਿਗੁਰੂ ਮਹਾਰਾਜ ਕਿਰਪਾ ਕਰ ਵਿਚਾਰਾਂ ਨੂੰ ਸਾਂਝ ਕਰਦੇ ਹਾਂ, ਹੋਈਆਂ ਬਿਆਨਿਆਂ ਬੇਨਤੀ ਗੁਰਦਾਨ ਲਿਖੀ ਮਾਂ ਆਓ ਸਾਰੇ ਗਾਣੇ ਅਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੇ ਨਾਲ ਗੁਰਨਾ ਕਰੀਏ। ਉਸ ਅਖਬਾਰਾਂ ਨੂੰ ਆਪਾਂ ਸਾਰੇ ਰਲ ਮਿਲ ਕੇ ਗੁਰੂ ਦੇ ਅੱਗੇ ਜੋ ਕਰਨੀ ਹੈ। ਰਾਮ ਜੀ ਮਹਿਲਾ ਤੀਜਾ ਆਨੰਦ।